ਭੇਤ ਭਰੇ ਹਾਲਾਤ 'ਚ ਘਰ 'ਚੋਂ ਮਿਲੀ ਵਿਆਹੁਤਾ ਦੀ ਲਾਸ਼। 3 ਸਾਲਾ ਬੱਚਾ ਲੈ ਕੇ ਪਤੀ ਹੋਇਆ ਫਰਾਰ। ਮੌਕੇ ਤੇ ਪਹੁੰਚੀ ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ। ਮੋਗਾ ਦੇ ਬੋਹਾਨਾ ਚੌਂਕ ਨੇੜੇ ਰਹਿਣ ਵਾਲੀ ਮੋਨਿਕਾ ਸ਼ਰਮਾ ਨਾਂ ਦੀ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਤੋਂ ਬਾਅਦ ਉਸਦਾ ਪਤੀ ਰੋਹਿਤ ਸ਼ਰਮਾ ਵੀ ਘਰ 'ਚੋਂ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਦੇ ਵੱਲੋਂ ਹੀ ਮੋਨਿਕਾ ਦਾ ਕਤਲ ਕੀਤਾ ਗਿਆ ਹੈ ਅਤੇ ਵਾਰਦਾਤ ਤੋਂ ਬਾਅਦ ਉਹ ਆਪਣੇ 3 ਸਾਲਾਂ ਦੇ ਬੱਚੇ ਨੂੰ ਲੈ ਕੇ ਫਰਾਰ ਹੋ ਚੁੱਕਿਆ ਹੈ। ਜਾਣਕਾਰੀ ਮੁਤਾਬਕ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਮੋਨਿਕਾ ਸ਼ਰਮਾ ਘਰ ਦੇ ਵਿੱਚ ਦਿਖਾਈ ਵੀ ਨਹੀਂ ਦੇ ਰਹੀ ਸੀ ਅਤੇ ਅੱਜ ਤੜਕ ਸਾਰ ਉਸਦਾ ਪਤੀ ਵੀ ਆਪਣੇ 3 ਸਾਲਾਂ ਬੱਚੇ ਨੂੰ ਲੈ ਕੇ ਜਦੋਂ ਮੋਟਰਸਾਈਕਲ ਤੇ ਫਰਾਰ ਹੋਇਆ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਉੱਤੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕੁਝ ਕਹਿਣਾ ਉਹ ਵੀ ਤੁਸੀਂ ਸੁਣ ਲਓ। ਜੀ, ਸਾਨੂੰ 112 ਤੋਂ ਕੰਪਲੇਂਟ ਹਾਸਲ ਹੋਈ ਸੀ ਵੀ ਇਸ ਤਰ੍ਹਾਂ ਉੱਥੇ ਪਾੜਾ ਸਿੰਘ ਚੌਂਕ ਦੇ ਨੇੜੇ ਘਰ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਅਤੇ ਅਸੀਂ ਜਾ ਕੇ ਉੱਥੇ ਵੈਰੀਫਾਈ ਕੀਤਾ, ਜੋ ਹਾਲੇ ਆਂਢ ਗੁਆਂਢ ਤੋਂ ਪਤਾ ਚੱਲ ਰਿਹਾ ਕਿ ਉਹ ਮੋਨਿਕਾ ਸ਼ਰਮਾ ਉਹਦਾ ਨਾਮ, ਬਾਕੀ ਹਾਲੇ ਉਹਦੀ ਪੁਸ਼ਟੀ ਹੋਣੀ ਬਾਕੀ। ਕੌਣ ਸੀਗੀ, ਕਿਵੇਂ ਮੌਤ ਹੋਈ, ਕਿੰਨੇ ਦਿਨ ਹੋ ਗਏ, ਇਹ ਹਾਲੇ ਐਗਜੈਕਟ ਨਹੀਂ ਪਤਾ ਚੱਲ ਰਿਹਾ। ਹਾਲੇ ਇਹਨਾਂ ਨੂੰ ਅਸੀਂ ਦੂਜਾ ਹੋਸਪਿਟਲ ਦੇ ਵਿੱਚ ਜਾ ਕੇ ਡਾਕਟਰ ਸਾਹਿਬ ਤੋਂ ਐਗਜ਼ਾਮਿਨ ਕਰਾ ਕੇ ਫਿਰ ਪਤਾ ਲੱਗੂਗਾ। ਇਹਨਾਂ ਦੇ ਬਾਕੀ ਪਰਿਵਾਰ ਵਾਲੇ ਸਰ? ਬਾਕੀ ਪਰਿਵਾਰ ਵਾਲਿਆਂ ਦੀ ਦੇਖ ਰਹੇ ਹਾਂ, ਪੁਸ਼ਟੀ ਕਰ ਰਹੇ ਹਾਂ, ਉੱਥੇ ਸਾਨੂੰ ਪਰਿਵਾਰ ਦਾ ਕੋਈ ਮੈਂਬਰ ਨਹੀਂ ਮਿਲਿਆ ਅਤੇ ਦੇਖ ਰਹੇ ਹਾਂ ਇਹਨਾਂ ਦਾ ਕਿ ਸਹੁਰਾ ਪਰਿਵਾਰ ਕਿਹੜਾ ਅਤੇ ਪੇਕਾ ਪਰਿਵਾਰ ਕਿਹੜਾ। ਸਰ, ਕਿਹਦੇ ਘਰੋਂ ਮਿਲੀ, ਕੁਛ ਪਤਾ ਲੱਗਿਆ? ਇਹਦੇ ਹਸਬੈਂਡ ਦਾ ਨਾਮ ਹੈ ਜੀ ਰੋਹਿਤ ਸ਼ਰਮਾ, ਜੋ ਕਹਿਣ ਮੁਤਾਬਕ ਵੀ ਇਹਦੇ ਇਹਨਾਂ ਦੇ ਹਸਬੈਂਡ ਨੇ। ਹਾਲੇ ਉਹ ਵੀ ਵੈਰੀਫਾਈ ਕਰ ਰਹੇ ਹਾਂ ਵੀ ਇਹ ਉਹਨਾਂ ਦੀ ਪਤਨੀ ਹੀ ਹੈ ਜਾਂ ਆਈਡੈਂਟੀਫਾਈ ਕਰਾਵਾਂਗੇ ਫਿਰ ਪਤਾ ਲੱਗੂ। ਇਹ ਉਹ ਵੀ ਮੌਕੇ ਤੇ ਸੀਗਾ ਕਿ ਨਹੀਂ? ਨਹੀਂ, ਉਹ ਨਹੀਂ ਕੋਈ ਮੌਕੇ ਤੇ ਨਹੀਂ। ਕਿੰਨੇ ਕੁ ਦਿਨ ਹੋ ਗਏ ਜੀ ਡੈੱਡ ਬੋਡੀ ਪਈ ਨੂੰ? ਇਹ ਦੱਸਣਾ ਮੁਸ਼ਕਲ ਹੈ ਜੀ, ਹਾਲੇ ਤਾਂ ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਕਿ ਮੋਨਿਕਾ ਸ਼ਰਮਾ ਦੀ ਮੌਤ 2-3 ਦਿਨ ਪਹਿਲਾਂ ਹੋਈ ਲੱਗ ਰਹੀ ਹੈ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।